ਸਰ ਜੀ, ਆਪਣਾ ਮਾਨਯੋਗ ਇਲੈਕਸ਼ਨ ਕਮਿਸ਼ਨ ਅਤੇ ਡੀ ਜੀ ਪੀ ਪੰਜਾਬ ਡੀ ਆਈ ਜੀ ਜਲੰਧਰ ਰੇਂਜ ਵੱਲੋਂ ਦਿਸ਼ਾ ਨਿਰਦੇਸ਼ਾਂ ਹੇਠ ਜਲੰਧਰ ਰੂਰਲ ਪੁਲਿਸ ਵੱਲੋਂ ਭੈੜੇ ਅਨਸਰਾਂ ਦੇ ਖਿਲਾਫ਼ ਅਤੇ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ਼ ਮੁਹਿੰਮ ਚਲਾਈ ਹੋਈ ਹੈ ਜੀ। ਉਹਦੇ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਜਦੋਂ ਅਸੀਂ ਇੱਕ ਬੰਦਾ ਜਿਹਦਾ ਨਾਮ ਕਰਨ ਯਾਦਵ ਹੈ, ਜਿਹੜਾ ਕਿ ਸ਼ੇਖੇ ਪਿੰਡ ਥਾਣਾ ਮਕਸੂਦਾ ਦਾ ਰਹਿਣ ਵਾਲਾ ਹੈ, ਉਹਦੇ ਕੋਲੋਂ ਸਾਨੂੰ ਜਿਹੜੀਆਂ ਦੋ ਪਿਸਟਲਸ ਬਰਾਮਦ ਹੋਈਆਂ ਨੇ, ਇੱਕ ਦੇਸੀ ਕੱਟਾ ਹੈ ਅਤੇ ਇੱਕ 32 ਬੋਰ ਦਾ ਪਿਸਟਲ ਹੈ, ਅਤੇ 4 ਜ਼ਿੰਦਾ ਰਾਊਂਡ ਵੀ ਬਰਾਮਦ ਹੋਏ ਨੇ ਅਤੇ ਇੱਕ ਮੈਗਜ਼ੀਨ ਬਰਾਮਦ ਹੋਈ ਹੈ। ਅਤੇ ਜਦੋਂ ਅਸੀਂ ਇਹਦੇ ਨਾਲ ਡੂੰਘਾਈ ਦੇ ਵਿੱਚ ਪੁੱਛਗਿੱਛ ਕੀਤੀ ਤਾਂ ਜਿਹੜਾ ਬੰਦੇ ਦਾ ਹੈਗਾ ਪਹਿਲਾਂ ਵੀ ਇਸ 'ਤੇ ਪਰਚੇ ਦਰਜ ਹੈਗੇ ਨੇ ਅਤੇ ਇਹਦੀ ਕਿਸੇ ਗੈਂਗ ਨਾਲ ਰਿਵੈਲਰੀ ਵੀ ਸੀਗੀ, ਅਤੇ ਅਸੀਂ ਇੱਕ ਪ੍ਰੀਵੈਂਟ ਕੀਤਾ ਕ੍ਰਾਈਮ ਹੋਣ ਤੋਂ, ਅਤੇ ਸਾਨੂੰ ਉਮੀਦ ਹੈ ਕਿ ਅਸੀਂ ਇਹਦਾ ਰਿਮਾਂਡ ਵੀ ਲਿੱਤਾ ਹੈਗਾ ਕਿ ਅੱਗੇ ਹੋਰ ਵੀ ਖੁਲਾਸੇ ਹੋਣਗੇ ਅਤੇ ਹੋਰ ਵੀ ਰਿਕਵਰੀ ਐਕਸਪੈਕਟਡ ਆ। ਇਹਦਾ ਜੀ ਸਿਟੀ ਦੇ ਵਿੱਚ ਹੈਗੇ ਆ ਬੰਦੇ, ਉਹ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ, ਵੀ ਕੈਨੋਟ ਡਿਸਕਲੋਜ਼, ਅਤੇ ਪਹਿਲਾਂ ਵੀ ਉਹਨਾਂ 'ਤੇ ਵੀ ਕਾਰਵਾਈਆਂ ਹੋਈਆਂ ਨੇ, ਉਹਨਾਂ 'ਤੇ ਵੀ FIR ਲੌਜ ਹੋ ਕੇ ਰਿਕਵਰੀਜ਼ ਹੋਈਆਂ ਨੇ, ਅਤੇ ਇਹਦੇ ਵੀ ਪਹਿਲੇ 3 ਪਰਚੇ ਦਰਜ ਹੈਗੇ ਨੇ, ਅਤੇ ਉਸ ਨਹੀਂ ਸਨੈਚਿੰਗ ਦੇ ਪਰਚੇ ਦਰਜ ਹੈ ਜੀ, ਅਤੇ ਅਸਲੀ ਐਕਟ ਦੇ ਵੀ ਪਹਿਲਾਂ ਪਰਚੇ ਦਰਜ ਜੀ 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 ਇਹਦੀ ਰਿਵੈਲਰੀ ਸੀਗੀ, ਵਾਰਦਾਤ ਕਰਨੀ ਸੀਗੀ ਇਹਨੇ ਜੀ, ਤੋਂ ਪਹਿਲਾਂ ਵੀ ਇਹਨਾਂ ਦੀ ਲੜਾਈਆਂ ਝਗੜੇ ਚੱਲਦੇ ਹੈਗੇ ਨੇ, ਉਹਨਾਂ ਦੀ ਵੀ ਆਪਸ 'ਚ ਇਹਨਾਂ ਦਾ ਕੋਈ ਟੈਸਲਬਾਜ਼ੀ ਚੱਲਦੀ ਸੀ, ਉਹਦੇ ਕਰਕੇ ਹੀ ਇਹ ਵੈਪਨ ਲੈ ਕੇ ਆਇਆ ਸੀਗਾ, ਅਤੇ ਇਹਨੇ ਕਾਰਵਾਈ ਨੂੰ ਅੰਜਾਮ ਦੇਣਾ ਸੀ, ਉਹਦੇ ਕਰਕੇ ਅਸੀਂ ਜੀ ਜੀ ਪਹਿਲਾਂ 380B ਦਾ ਇਹਦੇ ਥਾਣਾ ਡਿਵੀਜ਼ਨ ਨੰਬਰ 3 'ਚ ਪਰਚਾ ਦਰਜ ਹੈ, ਇੱਕ ਅਸਲਾ ਐਕਟ ਦੇ ਵਿੱਚ ਵੀ ਪਹਿਲਾਂ ਅਸਲਾ ਬਰਾਮਦ ਹੋਇਆ ਹੋਇਆ ਡਿਵੀਜ਼ਨ ਨੰਬਰ 8 ਸਿਟੀ 'ਚ। ਇਹ ਲੈ ਕੇ ਜੀ ਯੂਪੀ ਦੇ ਵਿੱਚੋਂ ਆਏ ਸੀ, ਬਰੇਲੀ ਜਗ੍ਹਾ ਦੇ ਵਿੱਚੋਂ ਜੀ। ਹਾਂਜੀ ਇਹ ਹਾਂਜੀ 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 ਬਿਲਕੁਲ, ਇਹਨੂੰ ਅਰਾਊਂਡ 12 ਤੋਂ 13 ਮਹੀਨੇ ਹੋ ਗਏ ਜੀ ਵਾਪਸ ਆਏ ਨੂੰ, ਅਤੇ ਇਹ ਡਿਊਰਿੰਗ ਦਿਸ ਪੀਰੀਅਡ ਹੀ ਇਹ ਯੂਪੀ ਦੇ ਵਿੱਚ ਗਿਆ, ਅਤੇ ਉੱਥੋਂ ਇਹ ਜਿਹੜਾ ਹੈਗਾ 2 ਵੈਪਨ ਲੈ ਕੇ ਆਇਆ, ਪਹਿਲਾਂ ਸਾਡੇ ਕੋਲ ਇੱਕ ਵੈਪਨ ਰਿਕਵਰ ਹੋਇਆ ਸੀ, ਫਿਰ ਇਹਨੇ ਇਹਦੀ ਨਿਸ਼ਾਨਦੇਹੀ 'ਤੇ ਇੱਕ ਦੂਜਾ ਵੈਪਨ ਅਸੀਂ ਰਿਕਵਰ ਕੀਤਾ ਜੀ। ਨਹੀਂ ਇਹਦੇ ਨਾਲ ਜਿਹੜਾ ਦੂਜਾ ਮਤਲਬ ਫਿਲਹਾਲ ਤਾਂ ਇਹ ਅਸੀਂ ਇੱਕੋ ਹੀ ਦੀ ਅਰੈਸਟ ਪਾਈ ਹੈ, ਬਟ ਇਹਦੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਜੋ ਵੀ ਆਊਗਾ ਸਾਹਮਣੇ ਤੁਹਾਨੂੰ ਦੱਸਿਆ ਜਾਊਗਾ। 2 ਦਿਨ ਦਾ ਰਿਮਾਂਡ ਲਿੱਤਾ ਗਿਆ।